ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬੱਚੇ ਅੱਜ ਅਸੀਂ ਨੈਕਸਟ ਸ਼ੁਰੂ ਕਰਾਂਗੇ ਕੈਮੀਕਲ ਪ੍ਰੋਪਰਟیز ਆਫ ਅਮੋਨੀਆ ਥੋੜਾ ਜਿਆ ਅੱਜ ਕਰ ਲਾਂਗੇ ਕੰਮ ਅਮੋਨੀਆ ਦਾ ਫਰਸਟ ਵਨ ਅਸੀਂ ਪਿਛੇ ਵੀ ਇਹ ਪੜਿਆ ਹੈ ਕਿ that is a basic in nature ਅਮੋਨੀਆ ਗੈਸ ਇਜ਼ ਹਾਈਲੀ ਸਾਲਿਊਬਲ ਇਨ ਵਾਟਰ ਹੁਣ ਸਿੰਪਲ ਰਿਐਕਸ਼ਨ ਹੈ ਵਾਟਰ ਵਿੱਚ ਅਮੋਨੀਆ ਨੂੰ ਵਾਟਰ ਵਿੱਚ ਡਿਸੋਲਵ ਕਰ ਦੋਗੇ ਅਮੋਨੀਅਮ ਹਾਈਡਰੋਕਸਾਈਡ ਬਣ ਜੇਗਾ NH4OH NH4OH ਅਮੋਨੀਅਮ ਹਾਈਡਰੋਕਸਾਈਡ ਨੂੰ ਜੇ ਮੈਂ ਡਿਲੂਟ ਕਰ ਆ ਡਿਸੋਸੀਏਸ਼ਨ ਹੁੰਦੀ ਹੈ ਤੇ ਇੱਕ ਅਮੋਨੀਅਮ ਆਇਨ ਤੇ ਇੱਕ ਹਾਈਡਰੋਕਸਾਈਡ ਆਇਨ ਬਣੇਗਾ ਡੂ ਟੂ ਥਿਸ ਹਾਈਡਰੋਕਸੇਲ ਆਇਨ ਇਟ ਇਜ਼ ਬੇਸਿਕ ਇਨ ਅ ਨੇਚਰ ਬਟ ਇਟ ਇਜ਼ ਅ ਵੀਕ ਬੇਸਿਕ ਐਂਡ ਇਟ ਟਰਨਸ ਬਲੂ ਲਿਟਮਸ ਰੈਡ ਜਿਹਦੇ ਕਰਕੇ ਇਹਦਾ ਬੇਸਿਕ ਨੇਚਰ ਹੈ ਪਹਿਲਾ ਕੁਐਸਚਨ ਇਹ ਹੱਡਾ ਹੋ ਜਾਏਗਾ ਛੋਟੇ ਛੋਟੇ ਕੁਐਸਚਨ ਆਣਗੇ ਇਹਦੇ ਵਿੱਚੋਂ ਕੋਚੀ ਜੀ ਇਸ ਤਰ੍ਹਾਂ ਕਰਿਆ ਕਰੋ ਕਿ ਜਿਹੜਾ ਮੈਂ ਪਹਿਲੇ ਫੋਟੋ ਪਾਣੀ ਪਹਿਲੇ ਇਹਨੂੰ ਸਾਰੇ ਨੂੰ ਕਾਪੀ ਤੇ ਲਿਖ ਲਿਆ ਕਰੋ ਤੇ ਫਿਰ ਇਹਨੂੰ ਵੀਡੀਓ ਨੂੰ ਪਲੇ ਕਰਿਆ ਕਰੋ ਤੇ ਐਂਡ ਤੱਕ ਵੀਡੀਓ ਦੇਖਿਆ ਕਰੋ ਫਿਰ ਸਾਰਾ ਕਲੀਅਰ ਹੋ ਜਾਏਗਾ ਸੈਕੰਡ ਹੈ ਟੈਂਡੈਂਸੀ ਟੂ ਫਾਰਮ ਕੰਪਲੈਕਸ ਅਮੋਨੀਆ ਹੈ ਐਸੇ ਲੋਨ ਪੇਅਰ ਆਫ ਇਲੈਕਟ੍ਰੋਨ ਸੋ ਇਟ ਹੈਸ ਟੈਂਡੈਂਸੀ ਟੂ ਫਾਰਮ ਕੰਪਲੈਕਸ ਸੇ ਕੁਐਸਚਨ ਵੀ ਬੜੀ ਬੜੀ ਆਇਆ ਹੋਇਆ ਹੈ ਕਿ ਵਾਈ ਅਮੋਨੀਆ ਫਾਰਮ ਕੰਪਲੈਕਸ ਮੇਨ ਰੀਜ਼ਨ ਹੀ ਇਹਦੇ ਵਿੱਚ ਕੀ ਆਣਾ ਡਿਊ ਟੂ ਪ੍ਰੈਜ਼ੈਂਸ ਆਫ ਲੋਨ ਪੇਅਰ ਆਫ ਇਲੈਕਟ੍ਰੋਨ ਉਸ ਤੋਂ ਬਾਅਦ ਪ੍ਰੈਸੀਪਿਟੇਸ਼ਨ ਰਿਐਕਸ਼ਨ ਹੁਣ ਹੈਵੀ ਮੈਟਲਸ ਜੇ ਮੈਂ ਗਰੁੱਪ ਨੂੰ ਫਾਈਂਡ ਆਊਟ ਕਰਨਾ ਹੈ ਇਹ ਅਸੀਂ ਸాల్ਟ ਐਨਾਲਿਸਿਸ ਵਿੱਚ ਕਰਾਂਗੇ ਹੈਵੀ ਮੈਟਲ ਆਇਨਸ ਸਚ ਐਸ ਫੈਰਿਕ ਐ ਕ੍ਰੋਮੀਅਮ ਐ ਐਲੂਮੀਨੀਅਮ ਆਰ ਪ੍ਰੈਸੀਪਿਟੇਟਡ ਵਿਦ ਅਮੋਨੀਅਮ ਹਾਈਡਰੋਕਸਾਈਡ NH4OH ਦੇ ਨਾਲ ਫੈਰਿਕ ক্লোਰਾਈਡ ਇੱਕ ਰਿਐਕਸ਼ਨ ਯਾਦ ਕਰ ਲਿਓ 3 ਅਮੋਨੀਅਮ ਹਾਈਡਰੋਕਸਾਈਡ ਤੇ ਫੈਰਿਕ ਹਾਈਡਰੋਕਸਾਈਡ ਬਣੇਗਾ ਥੈਟ ਇਜ਼ ਬ੍ਰਾਊਨ ਪ੍ਰੈਸੀਪਿਟੇਟ ਅਲਮੀਨੀਅਮ ਦੇ ਵਾਈਟ ਬਣਨੇ ਜੇ ਤੇ ਕ੍ਰੋਮੀਅਮ ਦੇ ਗ੍ਰੀਨ ਤਾਂ ਮੈਨੂੰ ਗਰੁੱਪ ਡਿਟੈਕਸ਼ਨ ਦੇ ਵਿੱਚ ਹੈਲਪ ਹੋ ਜੇਗੀ ਕਿ ਕਿਹੜੇ ਗਰੁੱਪ ਦੇ ਵਿੱਚ ਹੈਗਾ ਵਾ ਬ੍ਰਾਊਨ ਕਲਰ ਆਏਗਾ ਤੇ ਮੈਂ ਕਹਾਂਗਾ ਆਇਰਨ ਹੀ ਵਾਈਟ ਆਏਗਾ ਅਲਮੀਨੀਅਮ ਹੈ ਤੇ ਕ੍ਰੋਮੀਅਮ ਆਏਗਾ ਤੇ ਗ੍ਰੀਨ ਹੈ ਕਲੀਅਰ ਹੋ ਜਾਏਗਾ ਨੈਕਸਟ ਹੈ ਅਸੀਂ ਨਾਈਟ੍ਰੋਜਨ ਦੇ ਕੁਝ ਆਕਸਾਈਡ ਕਰਨੇ ਨੇ ਠੀਕ ਹੈ ਥੋੜੇ ਥੋੜੇ ਆਕਸਾਈਡ ਵੀ ਕਰਾਂਗੇ ਜਿਵੇਂ ਕਿ ਫਰਸਟ ਵਨ ਹੀ ਹੈ ਨਾਈਟ੍ਰਸ ਆਕਸਾਈਡ ਨਾਈਟ੍ਰਸ ਆਕਸਾਈਡ ਦਾ ਫਾਰਮੂਲਾ N2O ਹੈ ਲਾਫਿੰਗ ਗੈਸ ਕਹਿੰਦੇ ਆ ਇਟ ਡੀਕੰਪੋਜ਼ ਇਨਟੂ ਨਾਈਟ੍ਰੋਜਨ ਐਂਡ ਆਕਸੀਜਨ ਐਟ 873 ਕੈਲਵਿਨ ਜੇ ਮੈਂ ਇਹਨੂੰ ਥੋੜਾ ਜਿਹਾ ਹੀਟ ਕਰਦੇ ਆ ਤਾਂ ਇਹ ਬ੍ਰੇਕ ਹੋ ਜਾਂਦੀ ਹੈ ਨਾਈਟ੍ਰੋਜਨ ਤੇ ਆਕਸੀਜਨ ਹੁਣ ਇਹ ਆਕਸੀਜਨ ਰਿਲੀਜ਼ ਕਰ ਰਹੀ ਹੈ ਸੋ ਇਟ ਬਿਕਮਸ ਸਪੋਰਟਸ ਦਾ ਕੰਬਸਟਨ ਬਲਨ ਦੇ ਵਿੱਚ ਇਹ ਹੈਲਪ ਕਰੇਗੀ ਡਿਊ ਟੂ ਰਿਲੀਜ਼ ਆਫ ਥਿਸ ਆਕਸੀਜਨ ਕਲੀਅਰ ਹੋ ਜਾਏਗਾ ਇਹਨਾਂ ਨੈਕਸਟ ਆਰਟੀਕਲ ਆਏਗਾ ਸੈਕੰਡ ਆਕਸਾਈਡ ਹੈ ਦਾ ਨਾਈਟ੍ਰਿਕ ਆਕਸਾਈਡ ਇਹਦਾ ਵੀ ਕੁਐਸਚਨ ਜਿਆਦਾ ਆਉਂਦੀ ਹੈ NO ਨਾਈਟ੍ਰਿਕ ਆਕਸਾਈਡ ਆ ਨਿਊਟਰਲ ਆਕਸਾਈਡ ਹੈਗਾ ਜੇ ਇਟ ਇਜ਼ ਆਡ ਨੰਬਰ ਆਫ ਇਲੈਕਟ੍ਰੋਨ 11 ਇਲੈਕਟ੍ਰੋਨ ਨੇ ਸੋ ਇਟ ਇਜ਼ ਅ ਪੈਰਾਮੈਗਨੈਟਿਕ ਇਨ ਗੈਸੀਅਸ ਸਟੇਟ ਗੈਸੀਅਸ ਸਟੇਟ ਵਿੱਚ ਪੈਰਾਮੈਗਨੈਟਿਕ ਹੈ ਇਹ ਕੁਐਸਚਨ ਵੀ ਆਉਂਦਾ ਹੁੰਦਾ ਕਿ ਵਾਈ ਇਟ ਇਜ਼ ਅ ਪੈਰਾਮੈਗਨੈਟਿਕ ਇਨ ਗੈਸੀਅਸ ਸਟੇਟ ਜਾਂ 11 ਇਲੈਕਟ੍ਰੋਨ ਕਿਵੇਂ ਨੇ ਇਹ ਅਸੀਂ ਹੁਣੇ ਫਾਈਂਡ ਆਊਟ ਕਰਦੇ ਹਾਂ ਨਾਈਟ੍ਰੋਜਨ ਦੇ ਵੈਲੈਂਸ ਵਿੱਚ ਸਾਡੇ ਕੋਲ 5 ਇਲੈਕਟ੍ਰੋਨ ਆਉਂਦੇ ਆ ਕਲੀਅਰ ਹੈ ऑक्सीजन ਵਿੱਚ 6 ਨੇ 5 ਤੇ 6 ਕਿੰਨੇ ਹੋ ਗਏ 11 ਇਲੈਕਟ੍ਰੋਨ ਤੇ ਮੈਂ ਦੱਸਦਾ ਹੁਣਾਂ ਕਿ ਜਦੋਂ ਅਨਪੇਅਰ ਇਲੈਕਟ੍ਰੋਨ ਹੋਣਗੇ ਦੈਨ ਦੇ ਆਰ ਪੈਰਾਮੈਗਨੇਟਿਕ ਇਨ ਨੇਚਰ ਬਟ ਇਨ ਲਿਕਵਿਡ অর ਸੋਲਿਡ ਹੁਣਾਂ ਕੁਐਸਚਨ ਚੇਂਜ ਹੋ ਗਿਆ ਜੀ ਲਿਕਵਿਡ অর ਸੋਲਿਡ ਇਟ ਫਾਰਮ ਲੂਸ ਡਾਈਮਰ ਡਾਈਮਰ ਇਟ ਮੀਨ ਦੋ ਮੋਨੋਮਰ ਆਪਸ ਵਿੱਚ ਜੁੜ ਰਹੇ ਨੇ ਐਂਡ ਬਿਕਮਸ ਡਾਇਮੈਗਨੇਟਿਕ ਬਿਕਾਜ਼ 11 ਇਲੈਕਟ੍ਰੋਨ ਹੁਣ ਕਿੰਨੇ ਹੋ ਜਾਣਗੇ 22 ਜੇ 22 ਹੈਗੇ ਤੇ ਅਨਪੇਅਰ ਕੋਈ ਰਹੇਗਾ ਨਹੀਂ ਰਹੇਗਾ ਜਿਦੇ ਕਰਕੇ ਇਹਦਾ ਨੇਚਰ ਫਿਰ ਕਿਹੜਾ ਹੁੰਦਾ ਸ਼ੁਰੂ ਹੋ ਜਾਏਗਾ ਡਾਇਆਮੈਗਨੇਟਿਕ ਹੁਣ ਇਹ ਕੁਐਸਚਨ ਨੂੰ ਕੰਪੇਅਰ ਕਰ ਲਿਓ ਕਿ ਗੈਸਿਸ ਦੇ ਵਿੱਚ ਤਾਂ ਇਹ ਪੈਰਾਮੈਗਨੇਟਿਕ ਹੈ ਬਟ ਲਿਕਵਿਡ ਤੇ ਸੋਲਿਡ ਵਿੱਚ ਡਾਇਆਮੈਗਨੇਟਿਕ ਹੈ ਤੇ ਕਿਉਂ ਆ ਕਲੀਅਰ ਹੋ ਜਾਏਗਾ ਉਸ ਤੋਂ ਬਾਅਦ NO ਨਾਈਟ੍ਰਿਕ ਆਕਸਾਈਡ ਰੈਡਲੀ ਰਿਐਕਟ ਵਿਦ ਆਕਸੀਜਨ ਟੂ ਗਿਵ ਬ੍ਰਾਊਨ ਫਿਊਮਸ ਆਫ ਨਾਈਟ੍ਰੋਜਨ ਡਾਈਆਕਸਾਈਡ ਹੁਣ ਇਹ ਵੀ ਕੁਐਸਚਨ ਆਉਂਦਾ ਕਿ ਵਾਟ ਹੈਪਨ ਵੈਨ ਨਾਈਟ੍ਰਿਕ ਆਕਸਾਈਡ ਰੀਲੀਜ਼ ਇਨ 에ਅਰ ਹੁਣ ਇਹ 에ਅਰ 'ਚ ਰੀਲੀਜ਼ ਹੁੰਦਿਆਂ ਹੀ 2NO2 ਨਾਈਟ੍ਰੋਜਨ ਡਾਈਆਕਸਾਈਡ ਬਣਾ ਦਿੰਦਾ ਤੇ ਜਿਹੜੀ ਨਾਈਟ੍ਰੋਜਨ ਡਾਈਆਕਸਾਈਡ ਹੈ ਨਾ ਬੱਚੇ ਬ੍ਰਾਊਨ ਕਲਰ ਦੀ ਗੈਸ ਆ ਤਾਂ ਇਹ ਕੁਐਸਚਨ ਇਸ ਤਰ੍ਹਾਂ ਆਉਂਦਾ ਆਂਦਾ ਕਿ ਵਾਟ ਹੈਪਨ ਵੈਨ ਨਾਈਟ੍ਰਿਕ ਆਕਸਾਈਡ ਰੀਲੀਜ਼ ਇਨ 에ਅਰ ਤੇ ਤੁਸੀਂ ਦੱਸਦੇ ਹੁੰਦੇ ਆਂਸਰ ਕਿ ਇਟ ਫਾਰਮ ਬ੍ਰਾਊਨ ਕਲਰ ਗੈਸ ਤਾਂ ਉਹ ਹਾਰਟਿਕਲ ਇਹਦਾ ਰੀਜ਼ਨ ਹੋ ਜਾਏਗਾ ਨਾਈਟ੍ਰਿਕ ਆਕਸਾਈਡ ਬਾਰੇ ਸਾਰੇ ਕੁਐਸਚਨ ਤੁਸੀਂ ਇਕਵਰੀ ਰੀਡ ਕਰ ਲਿਓ ਉਸ ਤੋਂ ਬਾਅਦ ਫਾਸਫੀਨ ਜਿਵੇਂ ਨਾਈਟrogen ਰਿਐਕਟ ਕੀਤਾ ਤੇ ਅਮੋਨੀਆ ਬਣੀ ਹੁਣ ਸੈਕੰਡ ਮੈਂਬਰ ਅਸੀਂ ਸਟੱਡੀ ਕਰਨਾ ਬਸ ਫਾਸਫੀਨ ਫਾਸਫੀਨ ਵੀ ਕਲਰਲੈਸ ਗੈਸ ਹੈ ਵਿਦ ਪੰਜ ਅਨਪਲੇਜ਼ੈਂਟ স্মੈਲ ਆਫ ਰੌਟਨ ਫਿਸ਼ ਜਿਵੇਂ ਗਲੀ ਸੜੀ ਮੱਛੀ ਦੀ ਸਮੈਲ ਹੁੰਦੀ ਹੈ ਉਸ ਤਰ੍ਹਾਂ ਦੀ ਇਹਦੀ ਸਮੈਲ ਹੋਏਗੀ ਰੌਟਨ ਫਿਸ਼ ਸੜੀ ਹੋਈ ਫਿਸ਼ ਵਰਗੀ ਦੀ ਸਮੈਲ ਹੋਏਗੀ ਸੈਕੰਡ ਹੈ ਹਾਈਲੀ ਪੋਇਜਨਸ ਹੈ ਇਹ ਬਹੁਤ ਜਿਆਦਾ ਪੋਇਜਨਸ ਹੈ ਥਰਡ ਵਨ ਇਟ ਇਜ਼ ਯੂਜ਼ ਟੂ ਪ੍ਰਿਪੇਅਰ স্মੋਕ ਸਕਰੀਨ ਇਨ ਵਾਰਫੇਅਰ ਜਦੋਂ ਅ স্মੋਕ ਸਕਰੀਨ ਧੂਏ ਦੀ ਸਕਰੀਨ ਬਣਾਣੀ ਹੋਏ ਡਿਊਰਿੰਗ ਜਦੋਂ ਲੜਾਈਆਂ ਲੱਗਦੀਆਂ ਜੰਗ ਹੁੰਦੀ ਹੈ ਤਾਂ ਉਦੋਂ ਇਹ ਸੋਲਜਰ ਨੂੰ ਬਚਾਉਣ ਵਾਸਤੇ ਵਰਤੀ ਜਾਂਦੀ ਹੈ ਇਹਦੇ ਵਿੱਚ ਕੀ ਹੈ ਕੈਲਸ਼ੀਅਮ ਫਾਸਫਾਈਟ ਰिएक्ट ਵਿਦ ਵਾਟਰ ਟੂ ਫਾਰਮ ਫਾਸਫੀਨ ਵਿਚ ਬਰਨ ਇਨ 에ਅਰ ਟੂ ਫਾਰਮ P4O10 ਵਿਚ ਐਕਟ ਐਸ স্মੋਕ ਸਕਰੀਨ ਇਹ P4O10 ਦਾ ਸਟਰਕਚਰ ਬਣਾਉਂਦੀ ਆ ਉਹਦੇ ਵਿੱਚ ਫਿਊਮ ਬਣਨਗੇ ਉਹਦੇ ਫਿਊਮ ਬਣਨਗੇ ਉਹਦੇ ਕਰਕੇ ਇਹ SMOKE ਦੀ ਇੱਕ ਸਕਰੀਨ ਬਣਾ ਦੇਗੀ ਜਿਹਦੇ ਵਿੱਚ ਆਰ ਪਾਰ ਕੁਝ ਨਹੀਂ ਦਿਖਾਈ ਦੇਗਾ ਤੇ ਇਸ ਤਰ੍ਹਾਂ ਸੋਲਜਰ ਬਚ ਸਕਦੇ ਨੇ ਨੈਕਸਟ ਹੈ ਇਟ ਇਜ਼ ਯੂਜ਼ਡ ਇਨ ਪ੍ਰਪੇਅਰਿੰਗ ਹਾਲ ਮੇ ਸਿਗਨਲ ਫਾਰ ਦਾ ਸ਼ਿਪਸ ਟੂ ਨੋ ਅਬਾਊਟ ਦਾ ਪੋਜੀਸ਼ਨ ਆਫ ਰੌਕ ਹੁਣ ਸ਼ਿਪ ਜਿਹੜੇ ਸੀ ਦੇ ਵਿੱਚ ਚੱਲ ਰਹੇ ਨੇ ਤੇ ਬਹੁਤ ਡੰਗਾਈ ਤੱਕ ਅਸੀਂ ਨਹੀਂ ਦੇਖ ਸਕਦੇ ਥੱਲੇ ਪਾਣੀ ਵਿੱਚ ਤੇ ਜੇ ਰਾਹ ਵਿੱਚ ਸਟੋਨ ਹੋਇਆ ਰੌਕ ਹੋਇਆ ਤਾਂ ਉਹਦੇ ਨਾਲ ਸ਼ਿਪ ਸਟ੍ਰਾਈਕ ਕਰੇਗਾ ਤੇ ਸ਼ਿਪ ਡੈਮੇਜ ਹੋ ਜਾਏਗਾ ਇਸ ਲਈ ਅਸੀਂ ਉਹਦੇ ਵਾਸਤੇ ਕੀ ਯੂਜ਼ ਕਰਦੇ ਹਾਂ ਹੌਲਮੇ ਸਿਗਨਲ ਤੇ ਹੌਲਮੇ ਸਿਗਨਲ ਕੀ ਆ ਬੱਚੇ ਇਹ ਮਿਕਸਚਰ ਆਫ ਕੈਲਸ਼ੀਅਮ ਕਾਰਬਾਈਡ ਮਿਕਸਚਰ ਕਿਹਦਾ ਕਿਹਦਾ ਜੀ ਕੈਲਸ਼ੀਅਮ ਕਾਰਬਾਈਡ ਐਂਡ ਕੈਲਸ਼ੀਅਮ ਫਾਸਫਾਈਟ is taken in a vessel ek vessel de vich bartan de vich enu liya jayega a hole is made in it ede vich chhota ja hole kita jayega and the vessel is immersed in the sea water near the rock jithhe anu ho reha hai ki itthe rock hoega asi utthe onu pani vich sut deange jadon pani vich sutange calcium phosphide liberate phosphine and calcium carbide liberate acetylene eh dono hi gases react hon gi ha ਕੈਲਸ਼ੀਅਮ ਫਾਸਫਾਈਡ ਨੂੰ ਵਾਟਰ ਮਿਲਿਆ ਤੇ ਸਾਡੇ ਕੋ ਬਣ ਗਈ ਬੱਚੇ ਫਾਸਫੀਨ ਤੇ ਕੈਲਸ਼ੀਅਮ ਕਾਰਬਾਈਡ ਦੇ ਨਾਲ ਵਾਟਰ ਰਿਐਕਟ ਕੀਤਾ ਤੇ ਬਣ ਗਈ ਐਸਟਲੀਨ ਦੋਨੋਂ ਗੈਸਸ ਬਣ ਗਿਆ ਫਾਸਫੀਨ ਨੂੰ ਆਪਣੇ ਆਪ ਅੱਗ ਲੱਗ ਦੇਗੀ ਐਂਡ ਲਾਈਟ ਅਪ ਐਸਟਲੀਨ ਤੇ ਇਹ ਐਸਟਲੀਨ ਨੂੰ ਅੱਗ ਲਾ ਦੇਗੀ ਐਂਡ ਐਕਟ ਐਸ ਅ ਸਿਗਨਲ ਫਾਰ ਅਪਰੋਚਿੰਗ ਦਾ ਸ਼ਿਪ ਤੇ ਇਹ ਸਾਨੂੰ ਉਸ ਪੋਜੀਸ਼ਨ ਤੇ ਉਸ ਰੌਕ ਦੇ ਬਾਰੇ ਨੌਲੇਜ ਦੇਗੀ ਥੈਟ ਇਜ਼ ਹੋਲ ਮੇ ਸਿਗਨਲ ਇਨੂੰ ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹ ਲਿਓ ਪਹਿਲਾਂ ਲਿਖਿਓ ਫਿਰ ਵੀਡੀਓ ਦੇਖ ਲਿਓ ਕਲੀਅਰ ਹੋ ਜਾਏਗਾ ਥੈਂਕ ਯੂ